ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਨੀਤ ਕਪੂਰ। ਔਰ ਇਸ ਵੇਲੇ ਭਗਵੰਤ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ। ਜਿੱਥੇ ਵੀ ਕੋਈ ਕੁਤਾਹੀ ਹੋਈ ਹੋਈ ਹੈ ਉਸ ਕੁਤਾਹੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਭ੍ਰਿਸ਼ਟਾਚਾਰ ਹੋਇਆ ਭ੍ਰਿਸ਼ਟਾਚਾਰੀਆਂ ਦੇ ਉੱਪਰ ਨਕੇਲ ਕੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਪੰਜਾਬ ਦਾ ਰੈਵਨਿਊ ਕਿਸ ਤਰ੍ਹਾਂ ਵਧਾਇਆ ਜਾਏ, ਪੰਜਾਬ ਦਾ ਮਾਲੀ ਖਜ਼ਾਨਾ ਜਿਹੜਾ ਕਿਹਾ ਗਿਆ ਕਿ ਲੁੱਟਿਆ ਜਾ ਰਿਹਾ, ਉਸਨੂੰ ਕਿਸ ਢੰਗ ਦੇ ਨਾਲ ਰੋਕਿਆ ਜਾਏ, ਉਸਦੀ ਇੱਕ ਸਿੱਧੀ ਤਸਵੀਰ ਵਿਖਾਉਂਦੇ ਹਾਂ। ਇਸ ਵੇਲੇ ਅਸੀਂ ਸਿਸਵਾ ਦੇ ਵਿੱਚ ਮੌਜੂਦ ਹਾਂ। ਸਿਸਵਾ ਉਹ ਥਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਹੈ। ਤਸਵੀਰ ਵਿਖਾਉਂਦੇ ਹਾਂ ਤੁਹਾਨੂੰ, ਕਿਉਂਕਿ ਸਿੱਧੇ ਤੌਰ 'ਤੇ ਪੰਚਾਇਤ ਮੰਤਰੀ ਜਿਹੜੇ ਨੇ ਉਹ ਲਗਾਤਾਰ ਐਕਟਿਵ ਨੇ। ਤਸਵੀਰ ਦਿਖਾਉਂਦੇ ਤੁਹਾਨੂੰ, ਪੰਚਾਇਤ ਮੰਤਰੀ ਸਾਹਿਬ ਜਿਹੜੇ ਨੇ ਖੁਦ ਐਕਟਿਵ ਨੇ, ਲਗਾਤਾਰ ਉਸ ਥਾਂ 'ਤੇ ਜਾ ਰਹੇ ਨੇ ਜਿੱਥੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਪੰਚਾਇਤੀ ਲੈਂਡ ਦੇ ਉੱਪਰ ਕਬਜ਼ਾ ਹੋਇਆ ਹੋਇਆ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਪੰਚਾਇਤੀ ਲੈਂਡ ਦੇ ਉੱਪਰ ਅਵੈਧ ਨਿਰਮਾਣ ਹੋ ਰਿਹਾ। ਇਸ ਤਰ੍ਹਾਂ ਦੀ ਤਸਵੀਰਾਂ ਜਿਹੜੀਆਂ ਨੇ ਵੇਖਣ ਨੂੰ ਮਿਲ ਰਹੀਆਂ ਨੇ ਕਿ ਮੰਤਰੀ ਸਾਹਿਬ ਖੁਦ ਐਕਟਿਵ ਨੇ, ਲਗਾਤਾਰ ਰੇਡ ਕਰ ਰਹੇ ਨੇ, ਕਈ ਥਾਵਾਂ 'ਤੇ ਜਾ ਰਹੇ ਨੇ। ਔਰ ਸਿਸਵਾ ਦੇ ਵਿੱਚ 123 ਏਕੜ ਜ਼ਮੀਨ ਜਿਹੜੀ ਹੈ ਉਹ ਵੀ ਅੱਜ ਛੁਡਾਈ ਗਈ ਹੈ। ਮੰਤਰੀ ਸਾਹਿਬ ਇੱਥੇ ਮੌਜੂਦ ਵੀ ਨੇ, ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਸ ਵੇਲੇ ਮੰਤਰੀ ਜੀ ਲਗਾਤਾਰ ਪੰਚਾਇਤੀ ਲੈਂਡ ਦੇ ਉੱਪਰ ਇੱਕ ਮੁਹਿੰਮ ਛੇੜੀ ਹੋਈ ਹੈ ਕਿ ਕਬਜ਼ੇ ਛੁਡਾਏ ਜਾਣ। ਸਿਸਵਾ ਦਾ ਇੰਤਜ਼ਾਰ ਸੀ ਕਿ ਕਦੋਂ ਸਿਸਵਾ ਦੇ ਵਿੱਚ ਕਾਰਵਾਈ ਹੋਊਗੀ, ਕਿਸ ਤਰ੍ਹਾਂ ਦੀ ਕਾਰਵਾਈ ਅਸੀਂ ਕੀਤੀ? ਆ ਦੇਖੋ, ਆ ਗਈ 125 ਕਿੱਲੇ ਜ਼ਮੀਨ, ਬਹੁਤ ਕੀਮਤੀ ਜ਼ਮੀਨ ਸੀਗੀ। ਹਾਂ, ਇਹ ਸਾਰੀ ਅੱਜ ਛੁਡਾਈ ਹੈ ਸਰ। ਹਾਂ ਬਿਲਕੁਲ, ਨਾਲ ਕੈਪਟਨ ਅਮਰਿੰਦਰ ਸਿੰਘ ਜੀ ਦਾ ਫਾਰਮ ਹਾਊਸ ਹੈ, ਉਹਦੇ ਨਾਲ ਆ ਗਏ ਆਪਾਂ, ਕੰਧ ਨਾਲ ਕੰਧ ਸਾਂਝੀ ਆ। ਹਾਂ ਬਿਲਕੁਲ ਨੇੜੇ ਆ ਗਏ ਜੀ ਆਪਾਂ। ਦੇਖੋ, ਪਰਮਾਤਮਾ ਕਿਰਪਾ ਕਰੇ, ਜਿੰਨੀ ਜ਼ਮੀਨ ਪੰਜਾਬ ਦੇ ਵਿੱਚ, ਪੰਜਾਬ ਦੀ ਧਰਤੀ ਮਾਂ ਦੀ ਜਿੰਨੀ ਜ਼ਮੀਨ ਲੋਕਾਂ ਨੇ ਦੱਬੀ ਹੈ, ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਸਾਰੀ ਜ਼ਮੀਨ ਨੂੰ ਛੁਡਾ ਕੇ ਸਾਹ ਲਊਗੀ। ਕਿਹੜੇ ਲੋਕ ਨੇ ਜਿਨ੍ਹਾਂ ਨੇ ਇਹ ਜ਼ਮੀਨ ਦੱਬੀ ਹੋਈ ਸੀ? ਬਹੁਤ ਲੋਕ ਨੇ ਜੀ, ਇਹਨਾਂ ਦੇ ਪਿੱਛੇ ਬੜੀਆਂ ਤਾਕਤਾਂ ਨੇ। ਹਾਂ, ਮੈਂ ਤੁਹਾਨੂੰ ਨਾਂ ਦੱਸੇ ਸੀਗੇ। ਹਾਂ, ਬਹੁਤ ਲੋਕ ਨੇ ਜਿਨ੍ਹਾਂ ਨੇ ਜ਼ਮੀਨਾਂ ਦੱਬੀਆਂ, ਪਰ ਕੋਈ ਵੀ ਹੋਵੇ, ਅਸੀਂ ਮਤਲਬ ਜਿਹੜੀ ਆ ਹਰ ਇੱਕ ਦੀ ਜ਼ਮੀਨ ਜਿਹੜੀ ਛੁਡਾ ਲੈਣੀ ਅਸੀਂ, ਭਾਵੇਂ ਕੋਈ ਬੰਦਾ ਵੱਡਾ। ਮੰਤਰੀ ਜੀ, ਜ਼ਮੀਨਾਂ 'ਤੇ ਛੁਡਾਈਆਂ ਜਾ ਰਹੀਆਂ ਨੇ, ਕਿਆ ਜਿਹੜੇ ਆ ਹੁਣ ਤੱਕ ਮਾਲੀ ਖਜ਼ਾਨਾ ਲੁੱਟਦੇ ਰਹੇ ਨੇ, ਜਿਨ੍ਹਾਂ ਨੇ ਰੈਵਨਿਊ ਨਹੀਂ ਦਿੱਤੇ, ਜਿਨ੍ਹਾਂ ਨੇ ਪੈਸੇ ਨਹੀਂ ਦਿੱਤੇ ਜਾਂ ਜ਼ਮੀਨਾਂ ਦੇ ਜਿਹੜੇ ਪੈਸੇ ਬਣਦੇ ਸੀ ਉਹ ਨਹੀਂ ਦਿੱਤੇ, ਕਿਆ ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਕਰੋਗੇ? ਪਰਚੇ ਦਰਜ ਹੋਣ, ਸਾਰਿਆਂ ਦੇ ਖਿਲਾਫ਼ ਕਾਰਵਾਈ ਕਰੋ ਜਿਨ੍ਹਾਂ ਨੇ ਮਤਲਬ ਜਿਹੜਾ ਲੀਜ਼ ਤੇ ਲੈ ਲਈ 10-20 ਸਾਲ ਪਹਿਲਾਂ, ਮੁੜ ਕੇ ਲੀਜ਼ ਨਹੀਂ ਮਿਲੀ, ਸਮਝਦੇ ਹਾਂ, ਕੁਛ ਦੇ ਲੀਜ਼ ਵੀ ਨਹੀਂ ਪਤੀ, ਉਦਾਂ ਕਬਜ਼ਾ ਕਰਦੇ, ਉਹ ਸਾਰਿਆਂ ਦੇ ਖਿਲਾਫ਼ ਕਾਰਵਾਈ ਕਰੋ। ਕਿੰਨੀ ਜ਼ਮੀਨ ਹੈ ਜਿਸ ਦੇ ਉੱਪਰ ਕਬਜ਼ਾ ਹੋਇਆ ਹੋਇਆ? ਅੱਜ 125 ਏਕੜ। ਅੱਜ 125 ਹੈ, ਇਸ ਤੋਂ ਇਲਾਵਾ ਓਵਰਆਲ ਪੰਜਾਬ ਟੋਟਲ 1225 ਏਕੜ ਹੋ ਗਈ, 400 ਪਹਿਲਾਂ ਹੀ 1225 ਏਕੜ ਹੋ ਗਈ ਜਿਹੜੇ ਕਬਜ਼ੇ ਛੁਡਾ ਲਿੱਤੇ ਨੇ। ਅਜੇ ਕਿੰਨੀ ਪੈਂਡਿੰਗ ਪਈ ਹੈ? ਅਜੇ ਬਹੁਤ ਹੈ, ਹੋਰ ਅਸੀਂ 8000 ਤੇ ਲੱਗੇ ਮਤਲਬ ਜਿਹੜੀ ਆ ਉਹ ਸ਼ਨਾਖਤ ਕੀਤੀ ਹੈ। ਜ਼ਮੀਨ ਤੇ 50000 ਤੋਂ ਉੱਤੇ ਆ, ਪਰ 8000 ਆਈਡੈਂਟੀਫਾਈ ਕੀਤੀ ਹੈ ਜਿਨ੍ਹਾਂ ਦੇ ਕੇਸ ਬਿਲਕੁਲ ਨੇੜੇ ਤੇੜੇ ਆ, ਨਿਬੜਨ ਵਾਲੇ ਆ। ਜੋ ਕੇਸ ਨਿਬੜੀ ਜਾਣਗੇ ਤੇ ਉਹ ਤੇ ਮਤਲਬ ਜਿਹੜਾ ਉਹ ਅਸੀਂ ਮਤਲਬ ਕਬਜ਼ਾ ਉਹ ਲਈ ਜਾਵਾਂਗੇ। ਕਰੀਬ 16 ਤੋਂ ਉਹਨਾਂ ਬੰਦਿਆਂ ਨੇ ਮੁੜ ਕੇ ਇਹਦਾ ਤਾਰਿਆ ਨੀ, ਰੈਂਟ ਵਗੈਰਾ ਨੀ ਤਾਰਿਆ। 2016 ਤੋਂ, ਹਾਂ ਉਹਨਾਂ ਨੂੰ ਕਿਹਾ ਹੀ ਕਹੀਏ ਨਾ, ਉਹਨਾਂ ਨੇ ਨਹੀਂ ਤਾਰਿਆ ਤੇ ਅਸੀਂ ਮਤਲਬ ਜਿਹੜਾ ਫਿਰ ਕਾਰਵਾਈ ਕਰਨੀ ਪਈ। ਤਸਵੀਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਔਰ ਉਹਨਾਂ ਦੀ ਕੰਧ ਦੇ ਨਾਲ ਪੰਚਾਇਤੀ ਲੈਣ ਦੇ ਉੱਪਰ, ਤੁਸੀਂ ਦੇਖੋ ਛੁਡਾਇਆ ਨੀ, ਮੁੱਖ ਮੰਤਰੀ ਸੀਗੇ ਪੰਜਾਬ ਦੇ, ਦੁੱਖ ਦੀ ਗੱਲ ਕਿੰਨੀ ਹੈ, ਪੰਜਾਬ ਦਾ ਹਾਲਤ ਵੇਖੋ ਕਿੰਨੀ ਮਾੜੀ ਹੈ। ਮਾਨਜੋ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਨਾਲ ਕਬਜ਼ਾ ਸੀਗਾ, ਇਹ ਦੇਖੋ ਕਿਸੇ ਨੇ ਛੁਡਾਇਆ ਨਹੀਂ, ਕਿੱਡੀ ਤਲਾਸ਼ ਦੀ ਹੈ ਪੰਜਾਬ ਦੀ ਯਾਰ, ਪਤਾ ਨਹੀਂ ਹੋਊਗਾ, ਉਸਨੂੰ ਪਤਾ ਹੋਊਗਾ ਇੱਕ ਦੀ ਜ਼ਮੀਨ ਹੈ, ਇਸ ਕਰਕੇ ਨਹੀਂ ਛੁਡਾਇਆ ਇਹਨਾਂ ਲੋਕਾਂ ਨੇ। ਤੁਸੀਂ ਕੀ ਕਰੋਗੇ? ਪੋਲੀਟੀਕਲ ਸੁਰੱਖਣ ਸੀ ਲੋਕਾਂ ਨੂੰ, ਤੁਸੀਂ ਦੇਖੋ ਸੁਰੱਖਣ ਜਦੋਂ ਮੈਂ ਜਿੱਥੇ ਰਹਿੰਦਾ, ਮੈਂ ਅੱਜ ਮੰਤਰੀ ਹਾਂ, ਜੇ ਮੇਰੇ ਘਰ ਦੇ ਲਾਗੇ ਕਿਸੇ ਨੇ ਕਬਜ਼ਾ ਕੀਤਾ ਤਾਂ ਮੈਂ ਕਾਹਦਾ ਮੰਤਰੀ ਹਾਂ? ਤਾਂ ਮੁੱਖ ਮੰਤਰੀ ਸਾਹਿਬ ਬਿਲਕੁਲ ਨਾਲ ਸੀਗੇ, 5 ਸਾਲ ਰਹੇ, ਉਹਨਾਂ ਨੇ ਪਤਾ ਨਹੀਂ ਲੱਗਾ ਕਿ ਪਹਾੜ ਕਿਹਨੇ ਕਬਜ਼ੇ ਕੀਤੇ ਸਾਡੇ ਗੌਰਮੈਂਟ ਦੇ, ਨਹੀਂ ਛੁਡਾਏ ਜੀ। ਸਾਬਕਾ ਮੁੱਖ ਮੰਤਰੀ ਦੀ ਗੱਲ ਕਰੀਏ, ਇਹਨਾਂ ਦਾ ਜਿਹੜਾ ਫਾਰਮ ਹਾਊਸ ਤੁਸੀਂ ਹੁਣ ਦਿਖਾ ਵੀ ਰਹੇ ਹੋ, ਇਸ ਦੇ ਸਾਰੇ ਨੋਰਮਸ ਪੂਰੇ ਹੋਏ ਹੋਏ ਨੇ? ਤੁਸੀਂ ਦੇਖੀ ਜਾਓ ਅੱਗੇ, ਆਪਾਂ ਦੇਖਦੇ ਪੇਪਰ, ਜਾਂਚ ਇਸ ਦੀ ਵੀ ਕਰਵਾ ਰਹੇ ਹੋ? ਪੇਪਰ ਵੇਖ ਕੇ ਸਾਰੇ ਫਿਰ ਤੁਹਾਡੇ ਨਾਲ ਗੱਲ ਕਰਾਂ। ਬਿਲਕੁਲ, ਦੇਖੋ ਸਿੱਧੇ ਤੌਰ 'ਤੇ ਇੱਥੇ
पंचायत मंत्री जड़े ने साडे नाल मौजूद सी, थानू जगह विखाने आ 123 तो लैके 125 एकड़ जमीन दे उपर अवैध कब्जा सी, नजायज कब्जा सी। हालांकि मंत्री साहब कहते नजर आए कि लीज दे उपर आ जमीन दिती हुई सी, लेकिन 2016 तो लैके उस तो बाद तक लीज का जड़ा कह सकते हैं रेंट होंदा वह इस मालक की तरफों नहीं चुकाया गया। 13 बंदे सी जिन्हां दे कोलों आ जमीन जड़ी है छुड़वाई गई है, आ बाउंड्रियां कीतियां हुई सी, बाउंड्रियां जड़ियां ने महकमे ने तोड़ दित्तियां ने। थानू तस्वीरां विखा रहे हैं, मंत्री साहब खुद दौरा करन आए इस जगह का जिथे जड़ा नजायज कब्जा पंचायती लैंड दे उपर होया होया सी, उस कब्जे नू छुड़ाया गया। 125 एकड़ जमीन जड़ी है उसके उपर नजायज कब्जा सी, वह कब्जा छुड़ा दिता गया है। हजे 50,000 तो वध एकड़ यह जी जमीन है जिस दे उपर कब्जा होया होया है, और मंत्री साहब कहते नज़र आ रहे हैं कि वह पंचायती लैंड के उपर कब्जा भी छुड़ाया जाएगा। और कैप्टन अमरिंदर सिंह का सामने फार्म हाउस भी वेख रहे हो, पंजाब के सबका मुख्यमंत्री का फार्म हाउस आ, कंध लगती है इस जमीन नू जिस जमीन के उपर अवैध कब्जा होया होया सी। और सीधे तौर पर मंत्री साहब भी कहते नज़र आए कि वह किस तरह के मंत्री होणगे, वह किस तरह के मुख्यमंत्री होणगे जिन्हां दे घर दे बिल्कुल नाल पंचायती लैंड दे उपर अवैध कब्जा होया और उन्होंने कोई कार्रवाई नहीं की, सवाल खड़े किए ने। हालांकि इन्हां दे इन सवालों का जवाब कैप्टन अमरिंदर सिंह किदां देंदे ने, लेकिन वड्डी खबर कि पंचायत मंत्री साहब इत्थे आए, कब्जा हुण छुड़ा लिता गया और अगे मुहिम जिहड़ी है वह लगातार जारी रहेगी। कैमरा परसन अनिल दे नाल विनित कपूर, दैनिक सवेरा टीवी, सिसवां। खुदा दे घर देर है अंधेर नहीं, हर समस्या दा समाधान। समस्या जिवें लव मैरिज, वशीकरण, किता कराया, लॉटरी नंबर होवे या लोटो मैक्स 649। मेरे और मेरे पति के बीच में बहुत अनबन रहती थी जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद में मियां मुराद अली जी से मिली जिससे कि अब मैं अपने वैवाहिक जीवन में बहुत खुश हूँ। पहला मेरा लव मैरिज नूं लैके कोई भी काम नहीं बन रहा सी, बहुत जगह ते धक्के खाए, फिर बाद विच मैनूं किसे ने मियां मुराद जी अली बारे दस्या ते अज देखो मैं अपने वैवाहिक जीवन दे विच बहुत खुश हां। कारोबार एकदम ठप हो गया सी, असी बड़े औखे हो गए, फिर सानूं किसी ने मियां मोहम्मद अली जी बारे दस्या, उन्हां ने साडी समस्या दा चंगी तरह जुड़ो निपटारा कर दिता, हुण असी बहुत खुश। हुणे कॉल करो 98417 18786, 97797 24075।